ਮੇਰੇ ਨਾਲ ਨੇ ਇਸ ਵੇਲੇ ਸਰਦਾਰ ਰਵੀ ਸਿੰਘ ਖਾਲਸਾ, ਜਿਹੜੇ ਕਿ ਖਾਲਸਾ ਆਪਣੇ ਆਪ 'ਚ ਉਮੀਦ ਹੈ, ਦੁਨੀਆ ਭਰ 'ਚ ਵੀ ਜਿੱਥੇ ਵੀ ਚਲੇ ਜਾਓ ਇਸ ਵੇਲੇ ਖਾਲਸੇ ਦੇ ਇੱਕ ਉਮੀਦ ਕੀਤੀ ਜਾਂਦੀ ਹੈ ਕਿ ਖਾਲਸਾ ਜਿੱਥੇ ਵੀ ਹੁੰਦਾ ਹੈ ਉੱਥੇ ਪੂਰੀ ਸਰਬੱਤ ਦੀ ਜਿਹੜੀ ਭਲਾ ਮੰਗਣ ਵਾਲੀ ਕੌਮ ਹੈ ਉਹ ਪਿੱਛੇ ਖੜ ਜਾਂਦੀ ਹੈ ਅਤੇ ਮਦਦ ਕਰਦੀ ਹੈ। ਰਵੀ ਸਿੰਘ ਖਾਲਸਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਹੜ੍ਹਾਂ ਦੇ ਹਾਲਾਤਾਂ ਦੇ ਵਿੱਚ ਤੁਸੀਂ ਅੱਗੇ ਆਏ ਹੋ, ਤੁਹਾਡੀ ਸੰਸਥਾ ਅੱਗੇ ਆਈ ਹੈ, ਬਹੁਤ ਸਾਰਾ ਜਿਹੜਾ ਉੱਥੇ ਕੰਮ ਕੀਤਾ ਗਿਆ, ਅਤੇ ਜਿਸ ਤਰੀਕੇ ਨਾਲ ਤੁਸੀਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਪੰਜਾਬੀਆਂ ਦਾ, ਖਾਸ ਤੌਰ 'ਤੇ NRIs ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਦਿਲ ਖੋਲ੍ਹ ਕੇ ਜਿਹੜਾ ਉਹ ਦਾਨ ਦਿੱਤਾ, ਉਹ ਪਹਿਲੀ ਵਾਰ ਸ਼ਾਇਦ ਖਾਲਸਾ ਏਡ ਦੀ ਹਿਸਟਰੀ 'ਚ ਹੋਇਆ, ਕੀ ਕਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਆ ਜਿਹੜਾ ਭਈ ਪਹਿਲਾਂ ਵੀ ਫੰਡ ਰੇਜ਼ਿੰਗ ਹੁੰਦੀ ਆ, ਜਿੱਦਾਂ ਪ੍ਰੋਜੈਕਟਸ ਦੀ ਦੁਨੀਆ, ਜਿਹੜੇ ਹਾਦਸੇ ਹੋਏ ਜਿੱਥੇ ਇਰਾਕ ਹੋਏ ਜਾਂ ਨੇਪਾਲ, ਪਰ ਪਹਿਲੀ ਵਾਰੀ ਇੰਨਾ ਫੰਡ ਇਕੱਠਾ ਹੋਇਆ, ਅਸੀਂ ਤੁਹਾਨੂੰ ਅੱਜ ਕਹਿ ਸਕਦੇ ਹਾਂ, ਅੱਜ 31 ਅਗਸਤ ਆ, ਅਤੇ 7.5 ਲੱਖ ਪੌਂਡ ਇਕੱਠਾ ਹੋ ਗਿਆ ਅਮਰੀਕਾ ਤੋਂ, ਕੈਨੇਡਾ ਤੋਂ, UK ਤੋਂ, ਆਸਟ੍ਰੇਲੀਆ ਤੋਂ, ਪਰ ਉਹ ਵਧੀ ਜਾਂਦਾ। ਸੋ ਸੰਗਤ ਬੜੀ ਜੁੜ ਰਹੀ ਆ ਖਾਲਸਾ ਏਡ ਨਾਲ, ਸਾਡੀ ਜਿਹੜੀ ਟੀਮ ਉੱਥੇ ਪੰਜਾਬ ਦੇ ਵਿੱਚ ਆ, ਭਾਈ ਅਮਰਪ੍ਰੀਤ ਸਿੰਘ ਲੀਡ ਕਰ ਰਿਹਾ, ਘੱਟ ਰਾਉਂਡ ਬਾਅਦ ਡਿਪੈਂਡ ਕਰਦਾ ਕਿਹੜੇ ਟਾਈਮ 'ਤੇ, 500 ਲੱਖ ਅਤੇ 700 ਸੇਵਾਦਾਰ ਸਾਡਾ ਲੱਗਾ ਦਿਨ ਦਿਹਾੜੀ ਪਹਿਲੇ ਦਿਨ ਤੋਂ ਹੜ੍ਹਾਂ ਤੋਂ। ਸੋ ਉਹਨਾਂ ਦੀ ਜਿਹੜੀ ਪਈ ਟੀਮ ਆ ਉੱਥੇ ਪੰਜਾਬ ਬਹੁਤ ਔਰਗਨਾਈਜ਼ ਆ, ਸਾਡੇ ਆਫਿਸ ਪਟਿਆਲਾ ਜਲੰਧਰ ਆ, ਜੇ ਕੋਈ ਦੇਖਣਾ ਚਾਹੁੰਦਾ ਅਸੀਂ ਕੀ ਕਰਦੇ ਹਾਂ ਜਾ ਕੇ ਉੱਥੇ ਮਿਲ ਵੀ ਸਕਦੇ ਆ। ਰਵੀ ਜੀ, ਜਿਸ ਤਰੀਕੇ ਨਾਲ ਤਰੀਕੇ ਕਿ ਕੋਈ ਵੇਖਣਾ ਚਾਹੁੰਦਾ, ਪਰ ਖਾਲਸਾ ਏਡ ਦੇ ਹਰ ਇੱਕ ਨੂੰ ਯਕੀਨ ਹੈਗਾ, ਕੁਝ ਤਾਕਤਾਂ ਨੇ ਜਿਹੜੀਆਂ ਇਸ ਵੇਲੇ ਲਗਾਤਾਰ ਸੋਸ਼ਲ ਮੀਡੀਆ ਤੋਂ ਪ੍ਰਚਾਰ ਕਰ ਰਹੀਆਂ ਨੇ ਕਿ ਖਾਲਸਾ ਏਡ ਜਿਹੜਾ ਪੈਸਾ ਇਕੱਠਾ ਕਰਦਾ ਉਹਨਾਂ ਨਹੀਂ ਲੱਗਦਾ, ਉਹ ਆਪਣੇ ਆਪ 'ਚ ਤੁਸੀਂ ਉਹਦਾ ਖੰਡਨ ਵੀ ਜਿਹੜਾ ਉਹ ਲਗਾਤਾਰ ਕੀਤਾ ਹੋਇਆ, ਲੇਕਿਨ ਓਵਰਆਲ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਸੀ, ਕਿਉਂਕਿ ਉੱਥੇ ਪੰਜਾਬ ਦੀ ਬਾਂਹ ਫੜਨ ਵਾਸਤੇ ਸਰਕਾਰਾਂ ਨਹੀਂ ਆਈਆਂ, ਉੱਥੇ ਬਹੁਤ NGOs ਤੁਹਾਡੇ ਵਰਗੇ NGOs ਨੇ ਕੰਮ ਕੀਤਾ, ਅਤੇ ਜਿਹੜੀ ਹਾਲਾਤ ਤੁਹਾਨੂੰ ਰਿਪੋਰਟ ਕੀਤੀ ਗਈ ਉਹ ਹਾਲਾਤ ਕਿਸ ਤਰੀਕੇ ਦੇ ਸਨ? ਨਹੀਂ, ਹਾਲਾਤ ਤਾਂ ਮਾੜੇ ਆ, ਪਰ ਇਸ ਵੇਲੇ ਜਿਹੜਾ ਸਮਾਂ ਇਸ ਵੇਲੇ ਆ ਨਾ, ਅਸੀਂ ਇਸ ਵੇਲੇ ਕਹਿੰਦੇ ਵੀ ਉਂਗਲਾਂ ਉਠਾਓ ਕਿਸੇ ਦੇ ਖਿਲਾਫ਼, ਨਾ ਸਰਕਾਰ ਨਾ ਕਿਸੇ ਹੋਰ ਸੰਸਥਾ ਵਾ, ਕਿਉਂਕਿ ਜਿਹੜਾ ਹੜ੍ਹਾ ਆ ਕਈ ਸੰਸਥਾ ਨੂੰ ਜਾਂ ਸਰਕਾਰ ਲੈਵਲ 'ਤੇ ਪਤਾ ਨਹੀਂ ਕਿੱਦਾਂ ਰਿਸਪੋਂਸ ਕਰਨਾ, ਕਾਫੀ ਵੱਡਾ ਕਹਿ ਲਓ ਹਾਦਸਾ ਹੋਇਆ, ਬਹੁਤ ਹੀ ਇੱਕਦਮ ਹੀ ਹੜ੍ਹ ਹੈਗਾ। ਸੋ ਇਸ ਵੇਲੇ ਸਾਨੂੰ ਇਕੱਠੇ ਕੰਮ ਕਰਨ ਦੀ ਲੋੜ ਆ, ਪਰ ਇਹ ਤਾਂ ਜਿੱਥੇ ਸਾਨੂੰ ਪਹਿਲੇ ਦਿਨ ਹੜ੍ਹ ਦੇ ਵਿੱਚ ਪਾਣੀ ਜਦੋਂ ਆਇਆ ਸੀਗਾ ਉੱਥੇ ਪਿੰਡਾਂ ਦੇ ਪਾਣੀ ਆਇਆ, 15-20 ਫੁੱਟ ਪਾਣੀ ਆ ਗਿਆ, 12-15 ਫੁੱਟ ਆ ਗਿਆ, ਸਾਰਾ ਹੀ ਡੁੱਬ ਗਿਆ, ਸਾਰਾ ਕੁਛ, ਪਸ਼ੂ ਡੁੱਬ ਗਏ। ਉਹ ਕਹਿੰਦੇ ਗਏ ਭਈ, ਉਹ ਕੀ ਕਹਿੰਦੇ ਸੀਗੇ ਭਈ, ਇਹ ਸਰਕਾਰ ਕਹਿੰਦੀ ਤੁਸੀਂ ਛੱਡ ਕੇ ਚੱਲ ਜਾਓ ਆਪਣੇ ਪਿੰਡ, ਉਹ ਜਾਓਗੇ ਕਿੱਥੇ? ਵਾਰਨਿੰਗ ਸਿਸਟਮ ਵੀ ਮੇਰਾ ਖਿਆਲ ਇੰਪਰੂਵ ਕਰਨ ਦੀ ਲੋੜ ਆ, ਉੱਥੇ ਵਾਰਨਿੰਗ ਹੜ੍ਹ ਆ ਗਿਆ, ਵਾਰਨਿੰਗ ਨਹੀਂ ਸੀਗੀ। ਸੋ ਇਸ ਵੇਲੇ ਜਿਹੜੀ ਕੰਮ ਕਰਨ ਦੀ ਲੋੜ ਆ, ਉੱਥੇ ਕਈ ਵਾਰੀ ਤੁਹਾਨੂੰ ਪਤਾ ਆ ਸਾਡੇ ਯਾਰ ਭਈ, ਅਸੀਂ ਖਾਲਸਾ ਏਡ ਦੇ ਬਿਲਕੁਲ ਜਿਹੜੇ ਸੇਵਾਦਾਰ ਦੇ ਧੰਨਵਾਦੀ ਹਾਂ, ਮੈਂ ਉਹੀ ਮੁੜ ਕੇ ਫਿਰ ਗੱਲ ਕਰਦਾ, ਤਕਰੀਬਨ 600-700 ਸੇਵਾਦਾਰ ਇੱਕਦਮ ਮੁਹਰੇ ਆ ਗਏ। ਪਹਿਲੀ ਗੱਲ ਉਹਨੇ ਪਹਿਲੀ ਬੋਟ ਲਾਈ, ਉਹਨਾਂ ਨੇ 3-4 ਬੋਟ ਲਾ ਕੇ ਬੰਦੇ ਕੱਢੇ, ਫਿਰ ਪਾਣੀ ਭੇਜਿਆ ਖੋਠਿਆਂ 'ਤੇ, ਬਹੁਤ ਹੀ ਮੁਸੀਬਤ ਹਾਲਤ ਵੀ ਅਸੀਂ ਉੱਥੇ ਹੀ ਆ, ਪਰ ਪ੍ਰੋਬਲਮ ਇਹ ਹੁਣ ਜਿਹੜੀ ਭਈ ਪਾਣੀ ਜਦੋਂ ਚੱਲ ਜਾਂਦਾ, ਜਦੋਂ ਪਾਣੀ ਚੱਲ ਗਿਆ, ਪਾਣੀ ਚਲੋ ਭਈ ਨਿਕਲ ਗਿਆ ਪਿੰਡਾਂ 'ਚੋਂ, ਐਕਚੁਅਲ ਅਸਲੀ ਕੰਮ ਉਦੋਂ ਸ਼ੁਰੂ ਹੋਣਾ ਜਿਹੜਾ ਜਿੱਥੇ ਪੈਸਾ ਬਹੁਤ ਲੱਗਣਾ, ਪਸ਼ੂ ਮਰ ਗਏ, ਮਸ਼ੀਨਾਂ ਮੋਟਰਾਂ ਵਿੱਚ ਪਾਣੀ ਆ ਗਿਆ, ਖੇਤ ਹੀ ਰੁੜ ਗਏ, ਫਸਲਾਂ ਰੁੜ ਗਈਆਂ, ਕੋਠੇ ਡਿੱਗ ਪਏ, ਉਹ ਨੁਕਸਾਨ ਜਿਹੜੇ ਬਿਮਾਰੀਆਂ ਫੈਲਣ ਲੱਗ ਪਈਆਂ, ਉਹਦੇ ਵਿੱਚ ਜ਼ਿਆਦਾ ਐਕਚੁਅਲੀ ਫੋਕਸ ਕਰਨਾ ਪੈਣਾ। ਰਵੀ ਜੀ, ਜਿਸ ਤਰੀਕੇ ਨਾਲ ਤੁਸੀਂ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਥੋੜ੍ਹਾ ਜਿਹਾ ਕਿਹਾ ਕਿ ਇਸ ਤਰੀਕੇ ਦੇ ਕਮੈਂਟ ਨਾ ਪਾਓ, ਕਿ ਉਹਨਾਂ ਨੇ ਜਦੋਂ ਤੁਹਾਨੂੰ ਪੁੱਛਿਆ ਕਿ ਕੀ ਤੁਸੀਂ ਸਿਰਫ ਸਿੱਖਾਂ ਦੀ ਹੀ ਮਦਦ ਕਰਨ ਜਾ ਰਹੇ ਹੋ, ਜਦੋਂ ਖਾਲਸਾ ਏਡ ਦੀ ਗੱਲ ਹੁੰਦੀ ਹੈ, ਜਦੋਂ ਖਾਲਸੇ ਦੀ ਗੱਲ ਹੁੰਦੀ ਹੈ, ਉਹ ਸਰਬੱਤ ਦੇ ਭਲੇ ਦੀ ਮੰਗ ਕਰਦੀ ਹੈ ਕਿ ਸਰਬੱਤ ਦਾ ਭਲਾ, ਉਹ ਤਾਂ ਇੱਕ ਜਾਤ ਇੱਕ ਧਰਮ ਦੀ ਗੱਲ ਨਹੀਂ ਕੀਤੀ ਜਾਂਦੀ। ਸੋ ਜਿਹੜੇ ਇਸ ਤਰੀਕੇ ਦੀ ਸੋਚ ਰੱਖਦੇ ਨੇ, ਉਹਨਾਂ ਨੂੰ ਤੁਸੀਂ ਕਿਸ ਤਰੀਕੇ ਦਾ ਮੈਸੇਜ ਦੇਣਾ ਚਾਹੋਗੇ? ਉਹੀ ਆ ਜਿੱਦਾਂ ਸਾਡੇ ਗੁਰੂ ਨਾਨਕ ਸਾਹਿਬ ਦਾ ਮੈਸੇਜ, ਸਰਬੱਤ ਦੇ ਭਲੇ ਦਾ, ਇਹ ਕੋਈ ਜਿੱਦਾਂ ਕੋਈ ਹੜ੍ਹ ਆ ਗਿਆ, ਹੜ੍ਹ ਥੋੜ੍ਹਾ ਦੇਖਦਾ ਪਈ ਅਸੀਂ ਹੜ੍ਹ ਨੇ ਜਾ ਕੇ ਬਸ ਇਸਾਈਆਂ ਨੂੰ ਜਾਂ ਹਿੰਦੂਆਂ ਜਾਂ ਸਿੱਖਾਂ ਨੂੰ ਮਾਰਨਾ, ਜਿਹੜਾ ਕੋਈ ਹੜ੍ਹ ਆਉਂਦਾ ਜਾਂ ਕੋਈ ਕੁਦਰਤੀ ਹਾਦਸਾ ਆਉਂਦਾ, ਉਹ ਤਾਂ ਸਾਰਿਆਂ ਨੂੰ ਇਫੈਕਟ ਹੁੰਦਾ। ਸੋ ਖਾਲਸਾ ਏਡ ਵੱਲੋਂ ਸਾਰਿਆਂ ਦੀ ਮਦਦ ਕੀਤੀ ਜਾਂਦੀ ਆ,
ਕੋਈ ਫਰਕ ਨਹੀਂ ਸਾਨੂੰ ਕਿਸੇ ਦਾ ਧਰਮ ਦਾ ਜਾਤ ਪਾਤ ਦਾ ਰੰਗ ਦਾ, ਅਸੀਂ ਬਰਾਬਰ ਅਤੇ ਸਾਰੀ ਮਦਦ ਕਰਦੇ ਹਾਂ ਅਤੇ ਮਦਦ ਕਰਦੇ ਰਹਾਂਗੇ। ਅਤੇ ਜਿਹੜੇ ਓਵਰਆਲ ਹੁਣ ਤੁਸੀਂ ਐੱਨ ਆਰ ਆਈਜ਼ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਕਿਸ ਤਰੀਕੇ ਨਾਲ ਅੱਗੇ ਆਉਣ ਅਤੇ ਹੋਰ ਵੀ ਜਿਹੜੇ ਕਾਰਜ ਕਰਨ ਵਾਲੇ ਹੈਗੇ ਨੇ, ਹੜ੍ਹਾਂ ਤੋਂ ਬਾਅਦ ਵੀ ਬਹੁਤ ਸਾਰੇ ਕੰਮ ਹੋਣਗੇ ਪੰਜਾਬ ਦੇ ਵਿੱਚ ਕਰਨ ਵਾਲੇ, ਐਜੂਕੇਸ਼ਨ ਨੂੰ ਲੈ ਕੇ ਹੈਗਾ, ਵੂਮੈਨਸ ਇਨਵਾਇਰਮੈਂਟ ਨੂੰ ਲੈ ਕੇ ਹੈਗਾ, ਉਹਦੇ ਬਾਰੇ ਕੀ ਕਹੋਗੇ? ਸਾਡਾ ਤਾਂ ਜਿਹੜੇ ਪੰਜਾਬੀ ਸਾਡੇ ਭਰਾ ਬਾਹਰ ਬੈਠੇ ਆ, ਹੁਣ ਉਹਨਾਂ ਦੇ ਬਹੁਤ ਵੱਡੀ ਜ਼ਿੰਮੇਵਾਰੀ ਆ ਵੀ ਪੰਜਾਬ ਦੇ ਵਿੱਚ ਜਿਹੜੇ ਵੀ ਫਸਲਾਂ ਡੁੱਬ ਗਈਆਂ, ਜਿੱਥੇ ਹੜ੍ਹ ਆ ਗਿਆ, ਬਹੁਤ ਹੀ ਲੋੜ ਆ, ਜਿਹੜੇ ਬਾਹਰ ਪੰਜਾਬੀ ਬੈਠੇ ਉਹਨਾਂ ਨੂੰ ਇੱਕਦਮ ਮੋਹਰੇ ਹੋ ਕੇ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਪੈਣਾ ਅਸੀਂ ਇਕੱਠੇ ਹਾਂ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਤੁਸੀਂ ਇਕੱਲੇ ਨਹੀਂ ਗੇ। ਇਹਦੇ ਵਿੱਚ ਇਹੀ ਗੱਲ ਆ ਵੀ ਅਸੀਂ ਇਕੱਠੇ ਹੋਈਏ, ਕਿਉਂਕਿ ਹੁਣ ਜਿਹੜੇ ਵੀ ਪਿੰਡਾਂ ਵਿੱਚ ਆ ਉਹਨਾਂ ਦੀਆਂ ਆਸਾਂ ਪੂਰੀਆਂ ਤੁਸੀਂ ਬਾਹਰ ਵਾਲੇ ਕਰ ਸਕਦੇ ਹਾਂ, ਉਹ ਤਾਂ ਵਿਚਾਰੇ ਸਾਰਾ ਕੁਝ ਚੱਲ ਗਿਆ ਉਹਨਾਂ ਦਾ। ਸੋ ਸਾਡੇ ਜਿਹੜੇ ਬਾਹਰ ਬੈਠੇ ਸਾਡੇ ਪੰਜਾਬੀ ਭੈਣ ਭਰਾ, ਅੱਜ ਵੇਲੇ ਤੁਹਾਨੂੰ, ਤੁਹਾਡੇ ਪੰਜਾਬ ਨੂੰ ਤੁਹਾਡੀ ਲੋੜ ਆ। ਬਹੁਤ ਬਹੁਤ ਧੰਨਵਾਦ। ਇਹ ਸਨ ਸਾਡੇ ਨਾਲ ਰਵੀ ਸਿੰਘ ਖਾਲਸਾ, ਜਿਨ੍ਹਾਂ ਨੇ ਇੱਕ ਨਵੀਂ ਉਮੀਦ ਜਿਹੜੀ ਹੈ ਪੰਜਾਬ ਦੇ ਵਿੱਚ ਜਗਾਈ ਹੈ, ਕਿਉਂਕਿ ਸਵਾਲ ਇੱਕ ਜਿਹੜਾ ਉਹ ਰਹਿੰਦਾ, ਕਿਉਂਕਿ ਜਦੋਂ ਵੀ ਸਾਡੇ ਪੋਲੀਟੀਸ਼ੀਅਨਸ ਗੱਲ ਕਰਦੇ ਨੇ, ਜਦੋਂ ਵੀ ਐਨ ਜੀ ਓਜ਼ ਗੱਲ ਕਰਦੇ ਨੇ, ਕਹਿੰਦੇ ਕਿ ਪੰਜਾਬ ਨਸ਼ਈ ਹੋ ਗਿਆ, ਪਰ ਜਦੋਂ ਤੁਸੀਂ ਇੱਕ ਹੋਕਾ ਦਿੱਤਾ ਕਿ ਖਾਲਸਾ ਏਡ ਨੂੰ ਵਲੰਟੀਅਰਸ ਦੀ ਲੋੜ ਹੈ, ਮੇਰੇ ਸਾਨੂੰ ਕੋਈ ਧੀਆਂ ਪੁੱਤ ਕੋਈ ਵੀ ਇਹੋ ਜਿਹਾ ਘਰ ਦੇ ਵਿੱਚ ਨਹੀਂ ਸੀ ਜਿਹੜਾ ਤੁਹਾਡੀ ਮਦਦ ਲਈ ਅੱਗੇ ਨਹੀਂ ਆਇਆ, ਭਾਵੇਂ ਉਹ ਪਿਕਚਰ 'ਚ ਦੇਖਦਾ ਭਾਵੇਂ ਨਹੀਂ ਦੇਖਦਾ, ਪਰ ਉਹ ਪੰਜਾਬ ਦੇ ਵਿੱਚ ਆ ਕੇ ਉਹ ਤੁਹਾਡੇ ਨਾਲ ਕੰਮ ਕਰ ਰਿਹਾ, ਕੀ ਮੈਸੇਜ ਇਹਦੇ ਵਾਸਤੇ ਦੇਣਾ ਚਾਹੋਗੇ? ਸਾਡਾ ਇਹੀ ਮੈਸੇਜ ਆ, ਜਿੱਦਾਂ ਅਸੀਂ ਪੰਜਾਬ ਦਾ ਕਹਿੰਦੇ ਵੀ ਨੌਜਵਾਨ ਪੀੜ੍ਹੀ ਸ਼ਰਾਬਾਂ 'ਚ ਫੀਮਲ ਡੁੱਬੀ ਉਹ ਆ ਵੀ ਬਿਲਕੁਲ ਹੀ ਅਸੀਂ ਨਾ ਉਹ ਇੰਨਾ ਇਲਜ਼ਾਮ ਲਾਤਾ ਉਹਨਾਂ ਉੱਪਰ ਪਈ ਉਹ ਬਿਲਕੁਲ ਵੀ ਨਿਕੰਮੇ ਨਿਕਲੇ, ਪਰ ਆਹ ਜਿਹੜਾ ਹੁਣ ਹੜ੍ਹ ਆਏ ਆ ਇਹ ਜਿਹੜੇ ਪੰਜਾਬ ਦੀ ਨੌਜਵਾਨੀ ਦਿਖਾਲਤਾ ਦੁਨੀਆ ਨੂੰ ਵੀ ਪੰਜਾਬ ਜਿਹੜੀ ਨੌਜਵਾਨੀ ਆ ਚੜ੍ਹਦੀ ਕਲਾ ਆ ਜ਼ਮੀਰ ਵਾਲੀ ਆ ਜਿੰਦੀ ਆ ਪਿਆਰ ਤੌਰ 'ਤੇ ਇਨਸਾਨੀਅਤ ਤੌਰ 'ਤੇ ਬਿਲਕੁਲ ਕਾਇਮ ਆ, ਅਤੇ ਉਹਨੀ ਜਿੱਦਾਂ ਮੋਹਰੇ ਆ ਕੇ ਇੱਕ ਤਾਂ ਚਲੋ ਭਾਈ 500-700 ਸਾਲਾਂ ਖਾਲਸਾ ਨਾਲ ਜੁੜਿਓ, ਬਾਕੀ ਵੀ ਬਹੁਤ ਹਜ਼ਾਰ ਦੂਜੇ ਹੋਰ ਸੰਸਥਾ ਨਾਲ ਜੁੜਿਓ ਆ ਪੰਜਾਬ ਦੇ ਵਿੱਚ। ਸੋ ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਵੇਲੇ ਚੜ੍ਹਦੀ ਕਲਾ ਜਾਗਰੂਕ ਆ, ਅਤੇ ਸਾਨੂੰ ਬੜਾ ਮਾਣ ਆ ਉਹਨਾਂ ਉੱਪਰ, ਅਤੇ ਸਾਨੂੰ ਬੜੀ ਖੁਸ਼ੀ ਹੋਊਗੀ ਵੀ ਸਾਰਿਆਂ ਨੂੰ ਮਿਲ ਕੇ ਵੀ ਵੀ ਸਾਰਿਆਂ ਨੂੰ ਵਧਾਈਆਂ ਦੇਈਏ ਵੀ ਨੌਜਵਾਨ ਪੀੜ੍ਹੀ ਨੂੰ ਵੀ ਤੁਸੀਂ ਅੱਜ ਪੰਜਾਬ ਬਚਾਇਆ। ਇੱਕ ਕਹਿੰਦੇ ਨੇ ਕਿ ਇੱਕ ਮੌਕਾ ਹੁੰਦਾ ਜਦੋਂ ਇੱਕ ਲੀਹ 'ਤੇ ਲਿਆਂਦਾ ਜਾਂਦਾ, ਅਤੇ ਬੱਚੇ ਨੂੰ ਅੱਜ ਸ਼ਾਇਦ ਉਹ ਲੀਹ 'ਤੇ ਲਿਆਂਦਾ ਗਿਆ, ਖਾਲਸਾ ਏਡ ਵੱਲੋਂ ਜਦੋਂ ਇੱਕ ਮੰਗ ਕੀਤੀ ਗਈ ਤਾਂ ਬੱਚੇ ਆ ਕੇ ਸਪੋਰਟ ਕਰ ਰਹੇ ਨੇ। ਰਵੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਪੰਜਾਬ ਦਾ ਆ ਕੇ ਜਿਹੜਾ ਬਾਂਹ ਫੜੀ ਹੈ ਅਤੇ ਤੁਸੀਂ ਮਦਦ ਕੀਤੀ, ਅਸੀਂ ਜ਼ਰੂਰ ਅਪੀਲ ਕਰਦੇ ਹਾਂ ਜਿਹੜੇ ਐੱਨ ਆਰ ਆਈਜ਼ ਇਸ ਵੇਲੇ ਸਪੋਰਟ ਕਰਨਾ ਚਾਹੁੰਦੇ ਨੇ, ਹੋਰ ਖਾਲਸਾ ਏਡ ਨੂੰ ਸਪੋਰਟ ਕਰੋ, ਅਤੇ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਵਾਈਟ ਪੇਪਰ ਵੀ ਜਾਰੀ ਕਰ ਦਿੱਤਾ ਹੋਇਆ ਕਿ ਜਿੰਨਾ ਵੀ ਤੁਸੀਂ ਇੱਕ ਇੱਕ ਪਾਈ ਵੀ ਦਿੰਦੇ ਹੋ, ਇੱਕ ਇੱਕ ਡਾਲਰ ਦਿੰਦੇ ਹੋ, ਉਹਦਾ ਜਿਹੜਾ ਹਿਸਾਬ ਕਿਤਾਬ ਅਸੀਂ ਤੁਹਾਨੂੰ ਦੇਵਾਂਗੇ, ਅਤੇ ਇਹ ਤੋਂ ਵਧੀਆ ਹੋਰ ਕੁਛ ਨਹੀਂ ਹੋ ਸਕਦਾ, ਅਤੇ ਇਹ ਅਸੀਂ ਜ਼ਰੂਰ ਆਪਣੇ ਵੱਲੋਂ ਕਹਿ ਸਕਦੇ ਕਿ ਤੁਹਾਡਾ ਇੱਕ ਇੱਕ ਡਾਲਰ ਜਿਹੜਾ ਉਹ ਚੰਗੇ ਕਾਰਜ ਵਾਸਤੇ ਲੱਗੇਗਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਤੁਹਾਡਾ ਇਸ ਰਿਪੋਰਟ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਹੋਰ ਵੀ ਇਸ ਤਰੀਕੇ ਦੀਆਂ ਰਿਪੋਰਟਸ ਵੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ। ਬਹੁਤ ਬਹੁਤ ਧੰਨਵਾਦ, ਰੱਬ ਰਾਖਾ।